सत्कार योग गुरु सवारी गुरु प्यारी गुरसंग जीओ गुरु फतेह प्राप्ति करिए प्रेम ना उचारो जीओ वाहे गुरु जी का खालसा वाहे गुरु जी की फतेह। आपां बहुत ही वड्डे भागां वाले हाँ जो मात लोक ते उस धरती की परिक्रमा कर रहे हैं जिथे मीरी पीरी दे मालक सोहणिया दे सरताज दीन दुनी दे विच पत रखण वाले धन 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 साहिब श्री गुरु हरगोबिंद साहब महाराज ने चरण ममारक पाए लोको पिंड दीआं गलीआं दे विच सुभाग प्राप्त कराया स्वामी दरबारा सिंह जी लोको वालिआं ने स्वामी जोरा सिंह जी लोको वालिआं ने अज साडे हरमन प्यारे महापुरश संत जगजीत सिंह जी आओ पहला एक शब्द उहदे बाद कविता जिहड़ी कहणी आ मैं उहदे ते बेनती करां उहदे विच इक रंग आ जिहड़ी ना आ लोको दी स्टेज आ। एक समय ईश्वर सिंह जी महाराज राड़े वाले उन्होंने किसी गुरमुख ने पूछा भी छेती जे पकड़ करनी हो ब्रह्म ज्ञान की मंजिल की कोई है जी। उन्होंने फिर इशारा करिया वो कहते भाई एक ना लोपो नगर आ उत्थे संत दरबारा सिंह जी लोपो वाले आना जे कबीशर बोलते ने ना वो किसी प्रथाए ब्रह्म ज्ञान च बोलते हो सरपण कराया करो कहते पकड़ हो जूगी प्राप्ति वो तो अगे आओ एक शब्द सरपण करो प्रेम ना चारो जीओ सतनाम श्री वाहेगुरु। कोई सुख संदेश दे पंछिए वे Guru Nanak, Tan Guru
ਜੀ ਵਾਹਿਗੁਰੂ ਸਵਾਮੀ ਜੀ ਮਹਾਰਾਜ ਆਪਣੇ ਚਰਨ ਧੂੜ ਨਵਾਣੇ ਜੱਥੇ ਨੂੰ ਲੋਕ ਪ੍ਰਲੋਕ ਦਾ ਆਸ਼ੀਰਵਾਦ ਬਖਸ਼ਦੇ ਨੇ। ਸਵਾਮੀ ਜੀ ਦੇ ਪਰਿਵਾਰ ਚੋਂ ਸਾਡੇ ਪਰਮ ਸਤਿਕਾਰਯੋਗ ਮਾਤਾ ਜੀ ਜਿਨ੍ਹਾਂ ਦਾ ਆਸ਼ੀਰਵਾਦ ਹੈ ਉਹ ਵੀ ਬਖਸ਼ਿਸ਼ ਕਰਦੇ ਨੇ। ਹੋਰ ਗੁਰਸੰਗਤਾਂ ਜਥਾ ਯੋਗ ਧਰਮ ਕਿਰਤ ਚੋਂ ਸਤਿਗੁਰੂ ਜੀ ਦੀ ਸਟੇਜ ਦਾ ਸਤਿਕਾਰ ਕਰਕੇ ਗਏ ਨੇ। ਨਾਮ ਅੱਜ ਦੇ ਸਤਿਗੁਰੂ ਅਵਤਾਰ ਜਿਨ੍ਹਾਂ ਦਾ ਆਪਾਂ ਦੱਸ ਕਰ ਰਹੇ ਹਾਂ ਉਹ ਸਭ ਦੇ ਜਾਣਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਆਓ ਇੱਕ ਕਵਿਤਾ ਹੋਰ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ। ਇਸ ਕਵਿਤਾ ਦੇ ਵਿੱਚ ਆਪਾਂ ਜਿਹੜਾ ਅੱਜ ਅਲਾਹੀ ਰੰਗ ਮਾਣਿਆ ਗੁਰੂ ਪਿਆਰਿਓ, ਆਪਾਂ ਬਾਜੇ ਆਮ ਬਾਜਦੇ ਸੁਣਦੇ ਹਾਂ, ਆਪਾਂ ਨਿਰਤਕਾਰੀਆਂ ਘਰਾਂ 'ਚ ਬੱਚਿਆਂ ਨੂੰ ਕਰਦੇ ਦੇਖਦੇ ਹਾਂ, ਆਪਾਂ ਪਟਾਕੇ ਵੀ ਸੁਣਦੇ ਹਾਂ, ਪਰ ਜਿਹੜਾ ਅੱਜ ਰੰਗ ਆ ਇਹਦੇ ਵਿੱਚ ਇੱਕੋ ਹੀ ਆਨੰਦ ਆ ਵੀ ਕਿਵੇਂ ਨਾ ਕਿਵੇਂ ਗੁਰੂ ਨਾਨਕ ਖੁਸ਼ ਹੋ ਕੇ ਨਦਰਾਂ ਪਾ ਦੇਵੇ। ਇੱਥੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਹਰ ਦਿਲ ਦੇ ਵਿੱਚ ਇਹ ਤਸਵੀਰ ਹੈ। ਇਸ ਲਈ ਦੁਨੀਆਂ ਤੇ ਭਾਵੇਂ ਕਿੰਨੇ ਵੀ ਥਾਂ ਤੇ ਪਿਆਰੇ ਜਸ ਹੋਈ ਜਾਂਦਾ, ਪਰ ਆਹ ਜਿਹੜੀ ਮਰਜ਼ਾਦਾ ਸਵਾਮੀ ਦਰਬਾਰਾ ਸਿੰਘ ਜੀ ਲੋਕਾਂ ਵਾਲਿਆਂ ਨੇ ਲਾਗੂ ਕਰੀ ਆ ਨਾ, ਇਹੋ ਜਿਹਾ ਆਨੰਦ ਨਹੀਂ ਮਿਲਦਾ। ਸਾਰੀ ਗੁਰਸੰਗਤ ਚਾਰੋ ਜੀਓ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਸ਼ਬਦ ਸੁਣੋ, ਉਹਦੇ ਬਾਅਦ ਇਹ ਕਵਿਤਾ ਦੇ ਵਿੱਚ ਪਰੋਇਆ। ਅੱਜ ਦਾ ਪਿਆਰ ਜੋ ਆਪਾਂ ਸਾਲ ਭਰ ਉਡੀਕਦੇ ਹਾਂ ਸਵਾਮੀ ਜੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਪ੍ਰਾਪਤੀ ਕਰਦੇ ਹਾਂ। ਆਓ ਇੱਕ ਸ਼ਬਦ ਤੋਂ ਬਾਅਦ ਕਵਿਤਾ ਐਸ ਸਰਬਤ ਮੇ
ਸਤਿਗੁਰ ਮਾਤ ਲੈ ਸਤਿ ਆਏ ਅੱਜ ਦਾਤੇ ਮੁਕਤੀ ਦੇ ਰਹਿਮਤ ਦੇ ਠਾਕਰ ਜੀ ਸਭ ਦੇ ਪਰਦੇ ਆਪ ਬਣਾਰੇ ਇਸ ਨਗਰ ਕੀਰਤਨ ਦੇ ਸਾਰੇ ਸੀਰ ਜਗਤ ਤੋਂ ਨਿਹਾਰੇ ਇਸ ਨਗਰ ਕੀਰਤਨ ਦੇ ਜਗ ਜੀਤ ਸਵਾਮੀ ਜੀ ਬਰਮ ਗਿਆਨ ਦਮੀ ਬਰਸਾਰੇ ਸਨਮੁਖ ਗੁਰੂ ਨਾਨਕ ਦੇ ਦਰਸ਼ਨ ਸਵਾਮੀ ਜੀ ਕਰਵਾਏ ਸਨਮੁਖ ਗੁਰੂ ਨਾਨਕ ਦੇ ਬੜੇ ਗੇਟ ਸਹਾਉਂਦੇ ਸੀ ਗੁੱਟੇ ਚੰਡੀਆਂ ਲੈਣ ਹਲਾਰੇ ਇਸ ਨਗਰ ਕੀਰਤਨ ਦੇ ਸਾਰੇ ਸੀਰ ਜਗਤ ਤੋਂ ਨਿਹਾਰੇ ਇਸ ਨਗਰ ਕੀਰਤਨ ਦੇ ਉਹ ਜਿਵੇਂ ਛੇਵੇਂ ਸਤਿਗੁਰ ਜੀ ਮੱਤੋ ਕਿਆ ਤਾਲੇ ਤੋਂ ਆਏ ਸਤਿਕਾਰ ਚ ਸੰਗਤਾਂ ਨੇ ਆਪਣੇ ਘਰ ਸੀ ਉਵੇਂ ਸਜਾਏ ਸਤਿਕਾਰ ਚ ਸੰਗਤਾਂ ਨੇ ਹੋ ਬੜੇ ਗੇਟ ਸਹਾਉਂਦੇ ਸੀ ਗੋਟੇ ਚੰਡੀਆਂ ਲੈਣ ਹੁਲਾਰੇ ਇਸ ਨਗਰ ਕੀਰਤਨ ਦੇ ਸਾਰੇ ਸੀਰ ਜਗਤ ਤੋਂ ਨਿਹਾਰੇ ਇਸ ਨਗਰ ਕੀਰਤਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।